ਾਰੇ ਬੱਚੋ ਅੱਜ ਅਸੀਂ ਕਰਾਂਗੇ ਨੈਸ਼ਨਲ ਅਚੀਵਮੈਂਟ ਸਰਵੇ ਦੀ ਵਰਕਸ਼ੀਟ ਨੰਬਰ 7 ਵਿੱਚ ਸਭ ਤੋਂ ਪਹਿਲੇ ਹੈਗਾ ਕੰਪਰੀਹੈਂਸ਼ਨ ਆਓ ਪੈਰਾ ਰੀਡ ਕਰੀਏ ਮੰਕੀਜ਼ ਲਵ ਟੂ ਪਲੇ ਅਰਾਊਂਡ ਮੰਕੀਜ਼ ਲਿਵ ਔਨ ਟਰੀਜ਼ ਦੇ ਆਰ ਵੈਰੀ ਐਕਟਿਵ ਐਂਡ ਇੰਟੈਲੀਜੈਂਟ ਦੇ ਹੈਵ ਅ ਲੌਂਗ ਟੇਲ ਦੇ ਲਵ ਟੂ ਈਟ ਬਨਾਨਾਸ ਅ ਗਰੁੱਪ ਆਫ ਮੰਕੀਜ਼ ਇਜ਼ ਕਾਲਡ ਟਰੂ ਹਾਂਜੀ ਬੱਚੇ ਹੁਣ ਅਸੀਂ ਕੁਐਸਚਨਸ ਦੇਖਦੇ ਹਾਂ ਵੇਅਰ ਡੂ ਦਾ ਮੰਕੀਜ਼ ਲਿਵ ਤੇ ਬੱਚੇ ਜਿਹੜੀ ਸੈਕੰਡ ਲਾਈਨ ਆ ਉੱਥੇ ਚਲੋ ਮੰਕੀਜ਼ ਲੀਵ ਔਨ ਟਰੀਜ਼ ਤੇ ਅਸੀਂ ਫਿਰ ਏ ਤੇ ਟਿਕ ਕਰਾਂਗੇ ਟਰੀਜ਼ ਆ ਗਰੁੱਪ ਆਫ ਮੰਕੀਜ਼ ਇਜ਼ ਕਾਲਡ ਟਰੂਪ ਬੱਚੇ ਲਾਸਟ ਲਾਈਨ ਦੇਖੋ ਆ ਗਰੁੱਪ ਆਫ ਮੰਕੀਜ਼ ਇਜ਼ ਕਾਲਡ ਟਰੂਪ ਤੇ ਅਸੀਂ ਬੀ ਤੇ ਟਿਕ ਕਰਾਂਗੇ ਮੰਕੀਜ਼ ਲਵ ਟੂ ਈਟ ਬਨਾਨਾਸ ਤੇ ਬੱਚੇ ਸਨੇਪਸ ਵਿੱਚ ਦੇਖੋ ਕਿ ਇੱਥੇ ਬਨਾਨਾ ਦੀ ਫੋਟੋ ਹੈਗੀ ਆ ਬੀ ਤੇ ਟਿਕ ਕਰਾਂਗੇ ਚੂਜ਼ ਦਾ ਨਾਉਨ ਨਾਉਨ ਬੱਚੇ ਕਿਸ ਚੀਜ਼ ਦਾ ਨੇਮ ਹੁੰਦਾ ਆ ਇੰਦੇ ਵਿੱਚ ਦੇਖੋ ਬਾਕੀ ਸਾਰੀਆਂ ਵਰਬ ਹੈ ਟੇਲ ਜਿਹੜੀ ਉਹ ਪੂੰਛ ਦਾ ਨਾਮ ਹੁੰਦਾ ਹੈ ਇਸ ਕਰਕੇ ਅਸੀਂ ਵੀ ਇੱਥੇ ਟਿਕ ਕਰਾਂਗੇ ਚੂਜ਼ ਦਾ ਆਪੋਜ਼ਿਟ ਆਫ ਲੌਂਗ ਤੇ ਮੈਂ ਜੋ ਲੌਂਗ ਦਾ ਆਪੋਜ਼ਿਟ ਹੁੰਦਾ ਸ਼ਾਰਟ ਸੀ ਤੇ ਟਿਕ ਕਰਾਂਗੇ ਨੈਕਸਟ ਹੈਗੇ ਮੈਥਮੈਟਿਕਸ ਦੇ ਕੁਐਸਚਨਸ ਫਰਸਟ ਕੁਐਸਚਨ ਦੇ ਵਿੱਚ ਕਹਿੰਦਾ ਕਿ ਜੇ ਰ ਪੇਪਰ ਹੈ ਨਾ ਇਹਨੂੰ ਅਸੀਂ ਫੋਲਡ ਕੀਤਾ ਤੇ ਸਾਡੇ ਕੋਲ ਕਿਹੜੀ ਸ਼ੇਪ ਬਣ ਜੇਗੀ ਤੇ ਬੱਚਿਓ ਇਹ ਸੀ ਆਪਸ਼ਨ ਵਾਲੀ ਕਰੈਕਟ ਆਏਗੀ ਇਸ ਤਰ੍ਹਾਂ ਦੀ ਸ਼ੇਪ ਬਣ ਜਾਏਗੀ ਜਦੋਂ ਅਸੀਂ ਫੋਲਡ ਕਰਾਂਗੇ ਸੈਕੰਡ ਕੁਐਸਚਨ ਹੈਗਾ ਵਿੱਚ ਆਫ ਦਾ ਫੋਲੋਇੰਗ ਇਜ਼ ਅ ਟ੍ਰਾਇੰਗਲ ਇਹ ਚੋ ਕਿਹੜੀ ਟ੍ਰਾਇੰਗਲ ਹੈ ਬੱਚਿਓ ਟ੍ਰਾਇੰਗਲ ਮਤਲਬ ਤਿੰਨ ਸਾਈਡਸ ਵਾਲੀ ਤੇ ਬੀ ਆਪਸ਼ਨ ਆਏਗੀ ਦਾ ਸ਼ੇਪ ਆਫ ਡੈਸ਼ ਇਜ਼ ਸ਼ੋਨ ਇਨ ਦਾ ਫਿਗਰ ਆਹ ਜਿਹੜੀ ਫਿਗਰ ਹੈ ਇਹਦੇ ਵਿੱਚ ਦੱਸੋ ਕਿ ਕਯੂਬ ਹੈ ਕਯੂਬਾਇਡ ਸਕੁਅਰ ਜਾਂ ਕੋਨ ਹੈ ਤੇ ਬੱਚਿਓ ਇਹ ਕੀ ਹੈ ਕਯੂਬਾਇਟ ਹਾਂਜੀ ਐਸ ਸ਼ੋਨ ਇਨ ਦਾ ਪਿਕਚਰ ਹਾਊ ਮਚ ਵਾਟਰ ਵਿਲ ਬੀ ਲੈਫਟ ਇਨ ਦਾ ਟੈਂਕ ਆਫਟਰ ਯੂਜ਼ਿੰਗ 280 ਮੇਰੇ ਸਾਡੇ ਕੋਲ ਟੈਂਕ ਦੇ ਵਿੱਚ ਹੈਗਾ 750 ਲੀਟਰਸ ਤੇ ਇਹਦੇ ਵਿੱਚੋਂ 280 ਅਸੀਂ ਯੂਜ਼ ਕਰ ਲਿਆ ਤੇ ਬਾਕੀ ਸਾਡੇ ਕੋਲ ਕਿੰਨਾ ਬਚ ਗਿਆ ਇਹਦੇ ਵਿੱਚ ਅਸੀਂ ਕੀ ਕਰਾਂਗੇ 750 ਵਿੱਚੋਂ 280 ਨੂੰ ਮਾਈਨਸ ਕਰ ਦਵਾਂਗੇ ਤੇ ਜਿਹੜਾ ਸਾਡੇ ਕੋਲ ਆ ਜਾਏਗਾ ਇਹ ਆ ਜਿਗਾ ਸਾਡੇ ਕੋਲ 470 ਲੀਟਰਸ ਡੀ অপਸ਼ਨ ਵਿਚ ਯੂਨਟ ਵਿਲ ਬੀ ਯੂਜ਼ ਟੂ ਮੈજર ਮੈજર ਦਾ ਲੈਂਥ ਆਫ ਦਾ ਪੈਨਸਲ ਤੇ ਬੱਚੇ ਪੈਨਸਲ ਦੀ ਲੈਂਥ ਨੂੰ ਮੈજર ਕਰਨ ਵਾਸਤੇ ਅਸੀਂ ਕਿਹੜੀ ਚੀਜ਼ ਯੂਜ਼ ਕਰਾਂਗੇ ਸੈਂਟੀਮੀਟਰਸ ਸੀ অপਸ਼ਨ ਆਏਗੀ ਨੈਕਸਟ ਆ ਗਈ ਵੀਸਤੇ ਕੁਐਸਚਨਸ ਫਰਸਟ ਕੁਐਸਚਨ ਹੈਗਾ ਵਿਚ ਪਾਰਟ ਆਫ ਦਾ ਪਲਾਨ ਪ੍ਰिवेंट ਸੋਇਲ ਏਰੋਜਨ ਤੇ ਬੱਚੇ ਮਿੱਟੀ ਨੂੰ ਪਾਰਟ ਦਾ ਕਿਹੜਾ ਪਾਰਟ ਹੈ ਪਲਾਂਟ ਦਾ ਕਿਹੜਾ ਪਾਰਟ ਹੈ ਜਿਹੜਾ ਫੜ ਕੇ ਰੱਖਦਾ ਇਹਨੂੰ ਬਚਾ ਕੇ ਰੱਖਦਾ ਤੇ ਬੱਚੇ ਇੱਥੇ ਸੀ ਆਪਸ਼ਨ ਆਏਗੀ ਰੂਟਸ ਰੈਟ ਇਜ਼ স্মਲਲ ਇਨ ਸਾਈਜ਼ ਬਟ ਕੱਟਸ ਲਾਰਜ ਨੈਟ ਇਟ ਸ਼ੋਜ਼ ਇਟ ਸ਼ੋਜ਼ ਸ਼ਾਰਪ ਟੀਥ ਆਫ ਦਾ ਰੈਟ ਬੀ ਆਪਸ਼ਨ ਆਏਗੀ ਥਰਡ ਕੁਸਚਨ ਹੈ ਇਟ ਇਜ਼ ਇੰਪੋਰਟੈਂਟ ਟੂ ਵਾਸ਼ ਯਰ ਹੈਂਡਸ ਬਿਫੋਰ ਈਟਿੰਗ ਸਾਨੂੰ ਖਾਣਾ ਖਾਣ ਤੋਂ ਪਹਿਲੇ ਆਪਣੇ ਹੈਂਡਸ ਇਸ ਲਈ ਸਾਫ਼ ਕਰਨੇ ਚਾਹੀਦੇ ਆ ਸੀ ਆਪਸ਼ਨ ਦਾ ਡਰਟੀ ਹੈਂਡਸ ਕੰਟੇਨ ਜਰਮਸ ਕਿਉਂਕਿ ਡਰਟੀ ਹੈਂਡਸ ਦੇ ਵਿੱਚ ਜਰਮਸ ਹੁੰਦੇ ਆ ਫੋਰਥ ਕੁਐਸਚਨ ਵਿੱਚ ਉਹਨੇ ਪੁੱਛਿਆ ਚੂਜ਼ ਦਾ ਰੋਂਗ ਪੇਅਰ ਤੇ ਬੱਚੇ ਉਹਦੇ ਵਿੱਚ ਦੇਖੋ ਤਾਮਿਲਨਾਡੂ ਚ ਇਡਲੀ ਸਾਂਬਰ ਹੁੰਦਾ ਹੈ ਨਾ ਪੰਜਾਬ ਸਰਸੋਂ ਦਾ ਸਾਗ ਰਾਜਸਥਾਨ ਚ ਦਾਲ ਬਾਟੀ ਚੂਰਮਾ ਉਹਨਾਂ ਦੀ ਜਿਹੜੀ ਜਿਹੜਾ ਫੂਡ ਹੈਗਾ ਆ ਬਟ ਬੰਗਾਲ ਦਾ ਮੱਕੀ ਦੀ ਰੋਟੀ ਨਹੀਂ ਹੈਗਾ ਇਸ ਕਰਕੇ ਅਸੀਂ ਸੀ ਤੇ ਟਿੱਕ ਕਰਾਂਗੇ ਆਈਡੈਂਟੀਫਾਈ ਦਾ ਡਿਫਰੈਂਟ ਤੇ ਬੱਚੇ ਉਹਨਾਂ ਨੂੰ ਤੁਸੀਂ ਧਿਆਨ ਨਾਲ ਦੇਖੋ ਏ ਬੀ ਤੇ ਡੀ ਆ ਤਿੰਨੋਂ ਹੀ ਜਿਹੜੇ ਆ ਨਾ ਇਹ ਖਾਣਾ ਬਣਾਉਣ ਲਈ ਯੂਜ਼ ਕੀਤੇ ਜਾਂਦੇ ਤੇ ਸੀ ਜਿਹੜੀ ਆ ਉਹ ਡਿਫਰੈਂਟ ਆ ਇਸ ਕਰਕੇ ਅਸੀਂ ਸੀ ਤੇ ਟਿਕ ਕਰਾਂਗੇ